ਸਾਡੇ ਏਜੰਡੇ ਤੇ ਸਾਡਾ ਮਿਸ਼ਨ ਜਿਹੜੇ ਇਸ਼ੂਸ ਪੰਜਾਬ ਦੇ ਰਾਜਨੀਤਿਕ ਸੈਂਟਰ ਸਟੇਜ ਤੇ ਨਹੀਂ ਹਨ ਜਿਹੜੇ ਪੰਜਾਬ ਦੇ ਇਸ ਵਕਤ ਮੁੱਦਿਆਂ ਦੇ ਉੱਤੇ ਕਦੀ ਬਹਿਸ ਤੇ ਉਹਦਾ ਕੋਈ ਰੈਜ਼ੋਲੂਸ਼ਨ ਨਹੀਂ ਕੀਤਾ ਗਿਆ ਅਸੀਂ ਉਹਨਾਂ ਦੇ ਉੱਤੇ ਪਹਿਰਾ ਦੇਣ ਦਾ ਪ੍ਰਣ ਕੀਤਾ ਵਾ ਅਸੀਂ ਜੋ ਕਿਸਾਨਾਂ ਦੀ ਆਤਮ ਹੱਤਿਆ ਤੇ ਵੱਡਾ ਕਰਜ਼ਾ ਉਹਦੇ ਅਸੀਂ ਹੱਲ ਲੱਭਾਂਗੇ ਹੱਲ ਇਸ ਕਰਕੇ ਮੈਂ ਕਹਿ ਰਿਹਾ ਕਿਉਂਕਿ ਸਮੇਂ ਦੀ ਘਾਟ ਅਸੀਂ ਇਹਦਾ ਪੂਰਾ ਇੱਕ ਪੂਰਾ ਵੱਡਾ ਰੋਡ ਮੈਪ 2022 ਦੀ ਇਲੈਕਸ਼ਨ ਤੋਂ ਪਹਿਲਾਂ ਦਵਾਂਗੇ ਲੇਕਿਨ ਥੋੜੇ ਥੋੜੇ ਕਿਤੇ ਕਿਤੇ ਅਸੀਂ ਜਿਹੜੇ ਸਾਡੇ ਅੰਦਰ ਮਨ ਦੇ ਵਿੱਚ ਖਿਆਲਤ ਨੇ ਜਿੰਨੀ ਵੀ ਕਿਸਾਨਾਂ ਨੂੰ ਸਬਸਿਡੀ ਹੈ ਉਹ ਕੈਸ਼ ਟਰਾਂਸਫਰ ਕੀਤੀ ਹੋਣੀ ਚਾਹੀਦੀ ਆ ਇਹ ਜਿਹੜਾ ਸਮਾਨ ਵਾਇਆ ਘੁੰਮ ਕੇ ਜਾਂਦਾ ਵਾ ਉਹਦੇ ਵਿੱਚ ਬਹੁਤ ਪਿਲਫਰੇਜ ਹੁੰਦੀ ਆ ਕੁਝ ਸੂਬਿਆਂ ਨੇ ਪੰਜਾਬ ਦੇਸ਼ ਦੇ ਵਿੱਚ ਇੰਟਰੋਡਿਊਸ ਕੀਤਾ a uh, cash transfer of all kind of subsidies to the accounts of farmers and farm laborers by aaj ki kisan punjab da ya desh da kisan adaniyan de ambaniyan de barabar byaj de sakda va 11 12% kheti de vichon aamdani kad ke byaj de sakda kise ne socha aj tak pichle 70 sal vich asi koshish karange ke katto kat state controlled banks chade ne cooperative bank sector de ne 50% ਜਿਹੜਾ ਵਿਆਜ ਆ ਕਿਸਾਨਾਂ ਨੂੰ ਆਪਣੇ ਲੋਨ ਐਡਵਾਂਸਸ ਵਾਸਤੇ ਉਹਦੇ ਵਿੱਚ ਕਟੌਤੀ ਕੀਤੀ ਜਾਵੇਗੀ 50% ਵਿਆਜ ਦੇ ਵਿੱਚ ਕਟੌਤੀ ਕੀਤੀ ਜਾਵੇਗੀ ਭ੍ਰਿਸ਼ਟਾਚਾਰ ਜਿਸ ਨੇ ਅੱਜ ਸਾਡੇ ਸਾਡੇ ਸੂਬੇ ਨੂੰ ਤਬਾਹ ਕਰਤਾ ਦੋਨਾਂ ਟੱਬਰਾਂ ਨੇ ਦੋਨਾਂ ਪਾਰਟੀਆਂ ਨੇ ਇਸ ਦਾ ਇਸ ਸੂਬੇ ਨੂੰ ਬੇਰਹਿਮੀ ਦੇ ਨਾਲ ਲੁੱਟਿਆ ਇਹਦੇ ਤੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਕਨਫਲਿਕਟ ਆਫ ਇੰਟਰਸਟ ਲਾਅ ਲੈਉਣ ਤੋਂ ਭੱਜ ਚੁੱਕੇ ਨੇ ਕਿਉਂਕਿ ਉਹਨਾਂ ਦੇ ਆਪਣੇ ਕਨਫਲਿਕਟ ਨੇ फार्म हाउस ਬੰਦ ਰਿਆ ਮੁੱਲਾਂਪੁਰ ਦੇ ਵਿੱਚ ਤੇ ਉਹ ਮਹਿਕਮਾ ਐਗਰੀਕਲਚਰ ਦਾ ਜਿਹੜੀਆਂ ਸਾਰੀਆਂ ਗੈਰ ਕਾਨੂੰਨੀ ਡੈਮ ਚੱਕ ਡੈਮ ਬਣਾਏ ਜਾ ਰਹੇ ਨੇ ਪੈਸੇ ਖਰਚੇ ਜਾ ਰਹੇ ਨੇ ਉਮਰਿੰਦਰ ਸਿੰਘ ਉਹਦੇ ਵਜ਼ੀਰ ਵੀ ਨੇ ਕਨਫਲਿਕਟ ਆਫ ਇੰਟਰਸਟ ਇਹਨਾਂ ਦੇ ਸਾਰੇ ਮਨਿਸਟਰਸ ਇਹਨਾਂ ਦੇ ਸਾਰੇ ਮਨਿਸਟਰਸ ਵਪਾਰ ਕਰਦੇ ਨੇ ਮਿਲਣਾ ਚਲਾਉਂਦੇ ਨੇ ਖੰਡ ਦੀਆਂ ਸ਼ਰਾਬ ਦੀਆਂ ਸਕੂਲ ਚਲਾਉਂਦੇ ਨੇ ਟਰਾਂਸਪੋਰਟਾਂ ਚਲਾਉਂਦੇ ਨੇ ਉਹ ਕਨਫਲਿਕਟ ਆਫ ਇੰਟਰਸਟ ਆ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਇਹ ਲੋਕ ਕਦੀ ਨਹੀਂ ਲਿਆ ਸਕਦੇ ਲੇਕਿਨ ਅਸੀਂ ਤੁਹਾਡੇ ਨਾਲ ਪ੍ਰਣ ਕਰਦੇ ਹਾਂ ਕਿ ਅਸੀਂ ਕਨਫਲਿਕਟ ਆਫ ਇੰਟਰਸਟ ਲਿਓ ਲਿਆ ਕੇ ਸਾਰੇ ਸਿਆਸਤਦਾਨਾਂ ਦਾ ਵਪਾਰ ਜਿਹੜਾ ਵਾ ਉਸ ਨੂੰ ਰਾਜਨੀਤੀ ਤੋਂ ਡੀ ਲਿੰਕ ਡੀ ਲਿੰਕ ਕਰ ਦਿਆਂਗੇ ਕਰਪਸ਼ਨ ਨੂੰ ਟੈਕਲ ਕਰਨ ਵਾਸਤੇ ਸਿੰਗਾਪੁਰ ਮਾਡਲ ਜਿਹੜਾ ਕਿ ਤਾਕਤਵਰ ਲੋਕਾਂ ਨੂੰ ਹੱਥ ਪਾਇਆ ਇੱਥੇ ਪਟਵਾਰੀ ਫੜਦੇ ਨੇ ਜੇਈ ਫੜਦੇ ਨੇ ਕੋਈ ਕਲਰਿਕ ਫੜ ਲੈਂਦੇ ਨੇ ਸਾਡਾ ਇਹ ਪ੍ਰਣ ਹੈ ਕਿ ਅਸੀਂ ਇਹਨਾਂ ਦੋ ਵੱਡੇ ਟੱਬਰਾਂ ਤੋਂ ਸ਼ੁਰੂ ਕਰਾਂਗੇ ਅਗਰ ਫੜਾਂਗੇ ਤਾਂ ਉਤਲੇਆਂ ਨੂੰ ਫੜਾਂਗੇ ਤੇ ਥੱਲੇ ਤੱਕ ਸੁਣਿਆ ਹਦਿਆਂਗੇ ਔਰ ਸਾਨਹਾਨ ਔਰ ਕਰਪ ਕਰਪਸ਼ਨ ਤੇ ਮੈਂ ਕਹਿਣਾ ਚਾਹੁੰਨਾ ਕਿ ਕਰਪਸ਼ਨ ਕੌਣ ਕਰ ਰਿਹਾ ਵਾ ਯੂ ਆਰ ਨੋਟ ਕਰਪਟ ਐਟ 올 ਅਜੇ ਨਹੀਂ ਇੱਥੇ ਬੈਠੇ ਹਾਂ ਕੌਣ ਕਰਪਸ਼ਨ ਕਰ ਰਿਹਾ ਵਾ 3 ਕਰੋੜ ਵਾਦੀ ਆ ਪੰਜਾਬ ਦੀ ਉਦੋਂ ਜੋ 1% ਏਮਪਲੋਇਜ਼ ਦਾ 3 ਲੱਖ ਦੇ ਕਰੀਬ ਉਹਨਾਂ ਵਿੱਚੋਂ ਵੀ ਸਾਰੇ ਇਮਾਨਦਾਰ ਨੇ ਜਿਹੜੇ ਥੱਲੇ ਬੈਠੇ ਫੀਲਡ 'ਚ ਕੰਮ ਕਰਦੇ ਨੇ ਸਾਡਾ ਮੰਨਣਾ ਵਾ ਕਿ ਉਹਨਾਂ 'ਚੋਂ 3000 ਬੰਦਾ ਕਰਪਟ ਅਫਸਰਸ਼ਾਹੀ ਦੇ ਵਿੱਚੋਂ ਉਹ ਕਿੰਨਾ ਬਣ ਗਿਆ 0.1% ਆਫ ਦਾ ਪੰਜਾਬ ਆਫੀਸਰਸ ਬਿਊਰੋਕ੍ਰਾਸੀ ਅਫਸਰਸ਼ਾਹੀ ਤੇ ਨਾਲ ਜੋੜ ਲਓ ਤੁਸੀਂ ਆਹ ਕੈਪਟਨ ਤੇ ਬਾਦਲ ਤੇ ਐਮ ਐਲ ਏਸ ਤੇ ਮੰਤਰੀ ਇਹ 0.1 ਪੈਸਾ ਲੋਕ 99.9% ਲੋਕਾਂ ਦੇ ਉੱਤੇ ਹਾਵੀ ਹੋਏ ਹੋਏ ਨੇ ਲੋਕੋ ਇਸ ਲਈ ਸਭ ਤੋਂ ਪਹਿਲਾ ਪ੍ਰਾਣੇ ਹੋਵੇਗਾ ਕਿ ਆ ਜਿਹੜੇ ਉਤਲੇ 0.01% ਲੋਗ ਆ ਇਹਨਾਂ ਨੂੰ ਫਿਰ ਮੁੜ ਕੇ ਬਖਸ਼ਾ ਨਹੀਂ ਜਾਵੇਗਾ ਇਹਨਾਂ ਦੇ ਜੈਤਾ ਤਾਂ ਕੁਰਕ ਔਰ ਇਹਨਾਂ ਨੂੰ ਸਜ਼ਾ ਵੱਡੀ ਤੋਂ ਵੱਡੀ ਸਜ਼ਾ ਚਾਹੇ ਸਾਨੂੰ ਪੰਜਾਬ ਦੀ ਵਿਧਾਨ ਸਭਾ ਦਾ ਕਾਨੂੰਨ ਅਮੈਂਡ ਕਰਕੇ ਕੈਪੀਟਲ ਪਨਿਸ਼ਮੈਂਟ ਵੀ ਦੇਣੀ ਪਵੇ ਜੇ ਡਰੱਗਸ ਦੇ ਉੱਤੇ ਕੈਪੀਟਲ ਪਨਿਸ਼ਮੈਂਟ ਦੇ ਸਕਦੀ ਪੰਜਾਬ ਦੀ ਸਰਕਾਰ ਤੇ ਜੇ ਇਸ ਮੁੱਦੇ ਨੇ ਪੰਜਾਬ ਨੂੰ ਖੋਖਲਾ ਕਰ ਦਿੱਤਾ ਇਸ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ ਸਾਰਿਆਂ ਨੇ ਕਿਹਾ ਲੋਕਪਾਲ ਬਣਾਇਆ ਕਿਸੇ ਨੇ ਵੀ ਨਹੀਂ ਕਹਾ ਮੈਂ ਉਸ ਪ੍ਰਮਾਤਮਾ ਦੀ ਸੌਂਖਾ ਕੇ ਕਹਿਣਾ ਕਿ ਲੋਕਪਾਲ ਦਾ ਇੱਕ ਇਫੈਕਟਿਵ ਇੰਸਟੀਚਿਊਸ਼ਨ ਜਿਹਦੇ ਥਲੇ ਚੀਫ ਮਿਨਿਸਟਰ ਦੀ ਇਨਵੈਸਟੀਗੇਸ਼ਨ ਤੇ ਇਨਕੁਆਇਰੀ ਉਹਦੇ ਥਲੇ ਹੋਵੇਗੀ ਉਹ ਅਸੀਂ ਬਣਾ ਕੇ ਜਾਵਾਂਗੇ ਜਿੰਦਾਬਾਦ ਜਿੰਦਾਬਾਦ ਇੰਕਾ ਪਾਰਟੀ ਜਿੰਦਾਬਾਦ ਬੇਅਦਬੀ ਦੇ ਉੱਤੇ ਅਸੀਂ ਵਾਅਦਾ ਕਰ ਚੁੱਕੇ ਹਾਂ ਕਿ ਅਸੀਂ ਸਾਹ ਨਹੀਂ ਲਵਾਂਗੇ ਜਦ ਤੱਕ ਦੋਸ਼ੀ ਪੁਲਿਸ ਵਾਲੇ ਤੇ ਤਾਕਤਵਰ ਪੋਲੀਟਿਸ਼ੀਅਨ ਜਿਨ੍ਹਾਂ ਨੇ ਟੈਲੀਫੋਨ ਕਰ ਕਰਕੇ ਉਸ ਵਕਤ ਦੇ ਡੀਜੀਪੀ ਨੂੰ ਗੋਲੀ ਚਲਾਉਣ ਦੇ ਹੁਕਮ ਦਿੱਤੇ ਜਦ ਤੱਕ ਉਹ ਜੇਲ੍ਹਾਂ ਵਿੱਚ ਸਲਾਖਾਂ ਦੇ ਪਿੱਛੇ ਨਹੀਂ ਹੋਣਗੇ ਨਹੀਂ ਸਾਲ ਲਵਾਂਗੇ ਔਰ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਸੈਕੂਲਰਿਟੀ ਜਿਹੜੀ ਲੌਜੀਕਲ ਕਨਕਲੂਜਨ ਤੱਕ ਜਾਣੀ ਚਾਹੀਦੀ ਜਿੱਥੇ ਮੋੜ ਬੋਮ ਬਲਾਸਟ ਗਿਆ ਵਾ ਜਿੱਥੇ ਵਿਦੇਸ਼ੀ ਲੋਕ ਮਾਰੇ ਗਏ ਨੇ ਉਥੇ ਲੌਜੀਕਲ ਕਨਕਲੂਜਨ ਤੱਕ ਪਹੁੰਚਾ ਕੇ ਉਹਨਾਂ ਨੂੰ ਸਜ਼ਾ ਦੇ ਅਸੀਂ ਮੁਦੇ ਹੀ ਆ ਨਸ਼ਾ ਕੈਪਟਨ ਸਾਹਿਬ ਨੇ ਗੁਟਕਾ ਸਾਫ ਫੜ ਕੇ ਝੂਠ ਬੋਲਿਆ ਅਫਸੋਸ ਹੁੰਦਾ ਕਿ ਇੱਡੇ ਤਜਰਬੇਕਾਰ ਇੱਡੇ ਅੱਛੇ ਪੜ੍ਹੇ ਲਿਖੇ ਲੀਡਰ ਨੇ ਤਲਵੰਡੀ ਸਾਬੋ ਵੱਲ ਨੂੰ ਮੂੰਹ ਕਰਕੇ ਸੋਹਾਂ ਤਾਂ ਉਹਨਾਂ ਨੇ ਤਿੰਨ ਖਾਦੀਆਂ ਵੈਸੇ ਨਸ਼ਿਆਂ ਤੇ ਨਹੀਂ ਕੱਲੀ ਖਾਦੀ ਉਹਦੀ ਵੀਡੀਓ ਅੱਛੀ ਤਰ੍ਹਾਂ ਸੁਣਿਓ ਲਕੀਰ ਦੀ ਵੀ ਖਾਦੀ ਸੀ ਹਰ ਘਰ ਨੌਕਰੀ ਦੀ ਵੀ ਖਾਦੀ ਸੀਗੀ ਮੁੱਕਰ ਚੁੱਕੇ ਨੇ ਅਸੀਂ ਉਹਦੇ ਤੇ ਜਜ਼ਬੇ ਨਾਲ ਇਹ ਨਹੀਂ ਕਿ ਵਿਕਰਮ ਮਜੀਠੀਏ ਦੇ ਸਾਰੇ ਤੱਤ ਤੁਹਾਡੇ ਸਾਹਮਣੇ ਹੋਣ ਤੇ ਤੁਸੀਂ ਆਪਣੇ ਭਤੀਜੇ ਦੇ ਖਿਲਾਫ ਕੋਈ ਐਕਸ਼ਨ ਨਾ ਲਵੋ ਹਜ਼ਾਰਾਂ ਤੁਸੀਂ ਲੋਕਾਂ ਦੇ ਖਿਲਾਫ ਐਨਡੀਪੀਐਸ ਦੇ ਪਰਚੇ ਦਰਜ ਕਰਕੇ ਜੇਲ੍ਹਾਂ 'ਚ தੱਕ ਦਿੱਤੇ ਆ ਪੈਟੀ ਸਮਗਲਰਜ਼ ਪੈਟੀ ਐਡਿਕਟਸ ਮਜਬੂਰ ਬੱਚੇ ਤੁਹਾਡਾ ਕੀ ਖਿਆਲ ਆ ਪੰਜਾਬ ਦੇ ਲੋਕ ਬੱਚੇ ਨਸ਼ੇੜੀ ਬਣਨ ਲਈ ਖੁਸ਼ ਨੇ ਨਾ ਉਹਨਾਂ ਦੇ ਕੋਲ ਖੇਤੀ 'ਚ ਲੱਭਣ ਨੂੰ ਕੁਛ ਨਾ ਉਹਨਾਂ ਦੇ ਕੋਲ ਕੋਈ ਇੰਡਸਟਰੀ 'ਚ ਨੌਕਰੀ ਨਾ ਉਹਨਾਂ ਦੇ ਕੋਲ ਕੋਈ ਸਰਕਾਰ ਵਿੱਚ ਨੌਕਰੀ ਜਦੋਂ ਜਦੋਂ ਖੇਤੀ ਦਾ ਕਾਹਨ ਹੋਇਆ ਵਪਾਰ ਦਾ ਕਾਹਨ ਹੋਇਆ ਬੇਰੋਜ਼ਗਾਰੀ ਫੈਲੀ ਸਾਡੇ ਬੱਚੇ ਉਸ ਨਸ਼ੇ ਵਿੱਚ ਤਾਂ ਗੁਲਤਾਨ ਹੋਏ ਨੇ ਸਾਡੇ ਉਹੀ ਬੱਚੇ ਨੇ ਜਦੋਂ ਕੈਨੇਡਾ ਅਮਰੀਕਾ ਜਾਂਦੇ ਨੇ ਮੈਂਬਰ ਪਾਰਲੀਮੈਂਟ ਮਨਿਸਟਰ ਡਾਕਟਰ ਤੇ ਇੰਜੀਨੀਅਰ ਤੇ ਲਾਇਰ ਬਣਦੇ ਨੇ ਉਹਨਾਂ ਦੇਸ਼ਾਂ ਵਿੱਚ ਨੁਕਸ ਇੱਥੇ ਸਿਸਟਮ ਦੇ ਵਿੱਚ ਇਸ ਲਈ ਇਸ ਨਸ਼ੇ ਨੂੰ ਖਤਮ ਕਰਨ ਵਿੱਚ ਚਾਹੇ ਕੋਈ ਵੱਡੇ ਤੋਂ ਵੱਡਾ ਚਾਹੇ ਕੋਈ ਡੀਜੀਪੀ ਜਿਨ੍ਹਾਂ ਦੇ ਨਾਮ ਵਜ ਰਹੇ ਨੇ ਅੱਜ ਸਾਡਾ ਇਹ ਪ੍ਰਾਣਾ ਤੇ ਤਾਕਤਵਰ ਕਿਉਂਕਿ ਜਦੋਂ ਵੀ ਆਪਾਂ ਕੰਮ ਸ਼ੁਰੂ ਕਰਾਂਗੇ ਉੱਤੋਂ ਤਾਕਤਵਰ ਬੰਦਿਆਂ ਦੇ ਖਿਲਾਫ ਜਦੋਂ ਐਕਸ਼ਨ ਲਵੋਗੇ ਆਪੇ ਹੀ ਥੱਲੇ ਸੁਣਿਆ ਜਿਹੜਾ ਹੈ ਪੰਜਾਬ ਦੀ ਧਰਤੀ ਤੱਕ ਕੋਈ ਨਹੀਂ ਡਾਕਟਰ ਗਾਂਧੀ ਉਹਨਾਂ ਨੇ ਇੱਕ ਆਰਗੈਨਿਕ ਨਸ਼ਿਆਂ ਦੀ ਗੱਲ ਕੀਤੀ ਹੈ ਮੈਂ ਪਹਿਲਾਂ ਥੋੜਾ ਜਿਹਾ ਚਿੰਤਿਤ ਸੀਗਾ ਕਿ ਨਸ਼ਾ ਤਾਂ ਨਸ਼ਾ ਹੈ ਤੇ ਫਿਰ ਆਰਗੈਨਿਕ ਨਸ਼ੇ ਦੀ ਪ੍ਰੋਮੋਸ਼ਨ ਜਿਹੜੀ ਆ ਉਹ ਕਿੱਦਾਂ ਵਾਜਬ ਹੈ ਪਰ ਇੱਕ ਦਿਨ ਅਸੀਂ ਬੈਠ ਕੇ ਪੂਰੀ ਡਿਸਕਸ਼ਨ ਕੀਤੀ ਅਸੀਂ ਇਹ ਆਰਗੈਨਿਕ ਨਸ਼ਿਆਂ ਦੀ ਖੇਤੀ ਚਾਹੋ ਹੋ ਡੋਡੇ ਨੇ ਚਾਹੋ ਅਫੀਮ ਹੈ ਚਾਹੇ ਉਹਦੇ ਨਾਲ ਤੋਲਕ ਰੱਖਣ ਵਾਲੇ ਕਿ ਜਿਹੜੇ ਪ੍ਰਾਤਨ ਪੰਜਾਬ ਦੇ ਲੋਕ ਕੰਜ਼ਿਊਮ ਕਰਦੇ ਸੀ ਜਿਹਦੇ ਕਰਕੇ ਮੌਤਾ ਨਹੀਂ ਹੋਈਆਂ ਜਿਹਦੇ ਕਰਕੇ ਆਤਮ ਹੱਤਿਆ ਨਹੀਂ ਹੋਈਆਂ ਜਿਹਦੇ ਕਰਕੇ ਘਰਾਂ ਦੇ ਵਿੱਚ ਪੰਨ ਤੋੜ ਮਾਰਕੋਟ ਕਤਲੋਗਾਰਤ ਨਹੀਂ ਹੋਈ ਉਹਨਾਂ ਦੇ ਬਾਰੇ ਅਸੀਂ ਸੰਜੀਦਗੀ ਨਾਲ ਬੈਠ ਕੇ ਡਾਕਟਰ ਗਾਂਧੀ ਦੇ ਨਾਲ ਉਸ ਆਰਗੈਨਿਕ ਨਸ਼ਿਆਂ ਦੀ ਖੇਤੀ ਦੇ ਮਾਡਲ ਨੂੰ ਅਪਣਾ ਕੇ ਆਫਟਰ ਡਿਊ ਡਿਲੀਜੈਂਸ ਪੰਜਾਬ ਦੇ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਸਮਾਏਕ ਚਿੱਟਾ ਇਹ ਜਿਹੜੇ ਕੋਡ ਨੇ ਜਿਹੜੇ ਸਾਡੇ ਬੱਚਾ ਨੂੰ ਨਸ਼ੇੜੀ ਬਣਾ ਦਿੱਤਾ ਜਾਨਾਂ ਗਵਾਤੀਆਂ ਉਹਨਾਂ ਤੋਂ ਪਿੱਛੇ ਹਟ ਸਕੀਓ ਨੌਜਵਾਨਾਂ ਦੀ ਬੇਰੋਜ਼ਗਾਰੀ ਦੂਰ ਕਰਨ ਵਾਸਤੇ ਮੈਂ ਕਹਿੰਦਾ ਉਦਾਹਰਨ ਦੇ ਤੌਰ ਤੇ ਸੁਣ ਲਓ ਮੇਰੀ ਇੱਕ ਗੱਲ ਲੋ ਕੱਲਾ ਟਰਾਂਸਪੋਰਟ ਦਾ ਵਪਾਰ ਹੀ ਨੈਸ਼ਨਲਾਈਜ਼ ਕੀਤਾ ਜਾਵੇ ਇੱਕ ਵਾਰ ਇੱਕ ਵਾਰ ਸਾਰੇ ਪੰਜਾਬ ਦੇ ਤਾਕਤਵਰ ਪੋਲਿਟੀਕਲ ਬੰਦਿਆਂ ਦੀਆਂ ਟਰਾਂਸਪੋਰਟ ਕੰਪਨੀਆਂ ਨੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਲੈ ਵੀ ਦਿਨਾ ਵੈਸੇ ਸੁਖਵੀਰ ਸਿੰਘ ਬਾਦਲ 8900 ਬੱਸ ਇੱਕ ਇੱਕ বাস ਇੱਕ ਇੱਕ ਦਿਨ ਦਾ 50-50000 ਰੁਪਇਆ ਕਮਾਉਂਦੀ ਆ ਪਰ ਉਹ ਇੱਕ ਇੱਕ বাস ਹੈਨਰੀ ਦੀਆਂ ਟਿੰਪੇ ਦੀਆਂ ਕਾਲੋਂ ਦੀਆਂ ਮੈਂ ਭੁੱਲ ਜਾਊਂਗਾ ਸਾਰਾ ਟ੍ਰਾਂਸਪੋਰਟ ਦਾ ਵੱਡਾ ਟ੍ਰੇਡ ਜਿਹੜਾ ਉਹ ਪੋਲਿਟੀਕਲ ਫੈਮਲੀਜ਼ ਦੇ ਕੰਟਰੋਲ ਵਿੱਚ ਆ ਤਾਈਂ ਕੌਨਫਲਿਕਟ ਆਫ ਇੰਟਰਸਟ ਨਹੀਂ ਹੋ ਰਿਹਾ ਇਹ ਸਾਰਾ ਵਪਾਰ ਇਹਨਾਂ ਦੇ ਕੋਲੋਂ ਖੋਕੇ ਬੇਰੋਜ਼ਗਾਰ ਬੱਚਿਆਂ ਦੇ ਵਿੱਚ ਪਰਮਿਟ ਦਿੱਤੇ ਜਾਣਗੇ ਇੱਕ বাস 'ਚੋਂ 10 ਪਰਿਵਾਰ ਪਲ ਸਕਦੇ ਨੇ ਹਜ਼ਾਰਾਂ ਲੋਕਾਂ ਨੂੰ ਬੱਚਿਆਂ ਨੂੰ ਨੌਜਵਾਨਾਂ ਨੂੰ ਨੌਕਰੀ ਕੱਲਾ ਟਰਾਂਸਪੋਰਟ ਜਦੋਂ ਅਸੀਂ ਨੈਸ਼ਨਲਾਈਜ਼ ਕਰਕੇ ਇਸ ਦੀ ਮੋਨੋਪੋਲੀ ਖਤਮ ਕਰਾਂਗੇ ਇਹਨਾਂ ਟੱਬਰਾਂ ਦੀ ਮੋਨੋਪੋਲੀ ਖਤਮ ਕਰਾਂਗੇ दैट कैन ਗੋ ਟੂ ਦਾ ਯੰਗਸਟਰਸ ਆਫ ਪੰਜਾਬ ਦਾ ਯੂਥ ਆਫ ਪੰਜਾਬ ਮਾਈਨਿੰਗ ਇਸ ਵਕਤ ਰਾਣੇ ਗੁਰਜੀਤ ਵਾਰਗੇ ਲਾਲਚੀ ਲੋਬੀ ਲੋਕਾਂ ਦੇ ਕਬਜ਼ੇ ਦੇ ਅਧੀਨ ਔਰ ਅਮਰਿੰਦਰ ਸਿੰਘ ਨੇ ਵੱਡਿਆਂ ਨੂੰ ਹੋਰ ਫੈਸਿਲਿਟੇਟ ਕਰਨ ਵਾਸਤੇ ਮਾਈਨਿੰਗ ਦੀ ਪਾਲਿਸੀ ਜਿਹੜੀ ਬਣਾ ਰਿਆ ਉਸ ਨੂੰ ਜਿਆਦਾ ਸਾਰੀਆਂ ਮਾਈਨਸ ਕਲੱਬ ਕਰਕੇ ਹੁਣ ਆਕਸ਼ਨ ਕੀਤੀ ਜਾ ਰਹੀ ਹੈ ਜੀ ਕਾਕੇ ਕੋਈ ਆਮ ਆਦਮੀ ਕੋਈ ਛੋਟਾ ਬੰਦਾ ਕੋਈ ਛੋਟਾ ਵਪਾਰੀ ਜਿਹੜਾ ਵਾ ਉਹ ਨੇੜਿਓਂ ਵੀ ਨੰਗ ਸਕੇ ਆਕਸ਼ਨ ਦੇ ਅਗੇਨ ਟੂ ਫੈਸਿਲੀਟੇਟ ਦਾ 빅 ਮਾਫੀਆ ਇਨ ਪੰਜਾਬ ਇਹ ਸਾਰਾ ਕਲਬਿੰਗ ਕਰਕੇ ਸਾਡਾ ਇਹ ਮੰਨਣਾ ਕਿ ਇਸ ਨੂੰ ਸਕ੍ਰੈਪ ਕਰਕੇ ਇਸ ਨੂੰ ਸਕ੍ਰੈਪ ਕਰਕੇ ਸਾਰੀ ਮਾਈਨਿੰਗ ਜਿਹੜੀ ਆ ਉਹ ਗਵਰਨਮੈਂਟ ਆਪਣੇ ਕੰਟਰੋਲ ਦੇ ਥੱਲੇ ਲੈ ਕੇ ਆਵੇ ਨਵਜੋਤ ਸਿੱਧੂ ਨੇ ਇੱਕ ਮਾਡਲ ਪੇਸ਼ ਕੀਤਾ ਸੀਗਾ ਜਿਹੜਾ ਅਮਰਿੰਦਰ ਨੇ ਜਾਣ ਕੇ ਨਹੀਂ ਮੰਨਿਆ ਸ਼ਾਇਦ ਤੇਲੰਗਾਨਾ ਦਾ ਮਾਡਲ ਹੈ we will make a government owned corporation here and then finish the mafia from punjab aur us corporation de vich inclusive partner banalange the youth nu ohna nu hissedar banake naal vich chotiyan chotiyan mines chota chota clean according to the environment rules regulations assi so, yes, is mining va paag nu jehda hai oh inna di monopoly to inna di chungal to political lokan di chungal to kadaavange ਇਸੇ ਤਰ੍ਹਾਂ ਸ਼ਰਾਬ ਦਾ ਵਪਾਰ ਕਦੀ ਪੌਂਟੀ ਛੱਡਾ ਲੈ ਜਾਂਦਾ ਵਾ ਤੇ ਕਦੀ ਕੋਈ ਹੋਰ ਛੱਡਾ ਲੈ ਜਾਂਦਾ ਵਾ ਕਦੀ ਕੋਈ ਦੀਪਮੋਲ ਉਤਰਾ ਲੈ ਜਾਂਦਾ ਅਕਾਲੀਆਂ ਦਾ ਇਹਨਾਂ ਦੇ ਇਹਨਾਂ ਦੀ ਘਰੇਲੂ ਜਾਇਦਾਦ ਨਹੀਂ ਹੈ ਦਿਸ ਇਜ਼ ਅ ਨੈਸ਼ਨਲ ਇਨਕਮ ਦਿਸ ਇਜ਼ ਅ ਸਟੇਟਸ ਇਨਕਮ ਐਕਸਾਈਜ਼ ਅਗਰ ਕੋਈ GST ਦੇ VAT ਤੋਂ ਬਾਅਦ ਕੋਈ ਵੱਡੀ ਆਮਦਨ ਹੈ ਪੰਜਾਬ ਨੂੰ ਤੇ ਐਕਸਾਈਜ਼ ਦੇ ਸਰੋਤਾਂ ਤੋਂ ਇਸ ਨੂੰ ਵੀ ਟੋਟਲੀ ਇਹਦੀ ਮੋਨੋਪੋਲੀ ਨੂੰ 100% ਦੀ ਖਤਮ ਕਰਕੇ ਹਜ਼ਾਰਾਂ ਲੱਖਾਂ ਨੌਜਵਾਨਾਂ ਨੂੰ ਕੱਲੇ ਐਕਸਾਈਜ਼ ਦੇ ਟ੍ਰੇਡ ਵਿੱਚ ਇਨਵੋਲਵ ਕਰਕੇ ਥਰੂ ਗਵਰਨਮੈਂਟ ਕਾਰਪੋਰੇਸ਼ਨ ਥਰੂ ਰੈਗੂਲਰ এমਪਲॉयਮੈਂਟ ਐਂਡ ਆਲਸੋ ਮੇਕਿੰਗ them ਪਾਰਟਨਰਸ ਇਨ this ਟ੍ਰੇਡ ਵੀਲ ਬੀ ਐਬਲ ਟੂ ਪੁੱਲ ਆਊਟ the ਯੂਥ ਫਰੋਮ ਅਨਇਮਪਲॉयਮੈਂਟ ਲਾਈਕਵਾਈਜ਼ ਕੇਬਲ ਨੈਟਵਰਕ ਲਾਈਕਵਾਈਜ਼ ਦੂਸਰੇ ਹੋਰ ਵਪਾਰ ਜਿਨ੍ਹਾਂ ਤੇ ਇਸ ਵਕਤ ਪਰਿਵਾਰਾਂ ਦਾ ਕਬਜ਼ਾ ਵਾ ਪ੍ਰਾਈਵੇਟ ਸਕੂਲਸ ਨੇ ਤਾਕਤਵਾਰ ਪੋਲਿਟਿਕਲ ਬੰਦਿਆਂ ਦੇ ਅਫਸਰਾਂ ਦੇ ਕਾਲਜੇਜ਼ ਨੇ ਹਸਪਤਾਲ ਨੇ ਕੋਈ ਪੁੱਛਣ ਵਾਲਾ ਹੈ ਕੋਈ ਰੇਟ ਹੈ ਕੋਈ ਫੀਸ ਦਾ ਸਟਰਕਚਰ ਹੈ ਬੱਚੇ ਗਰੀਬਾਂ ਦੇ ਘੁੰਮਦੇ ਰਹਿੰਦੇ ਨੇ ਉਹਨਾਂ ਨੂੰ ਉਸ ਇਹ ਸਾਰਾ ਮੋਨੋਪੋਲੀ ਇੱਕ ਵਾਰ ਤੋੜ ਕੇ ਜਿਹੜੀ ਪੋਲੀਟੀਕਲ ਮੋਨੋਪੋਲੀ ਤੇ ਅਫਸਰशाही ਦੀ ਮੋਨੋਪੋਲੀ ਆ ਇਟ ਹਾਸ ਟੂ ਬੀ ਰਿੰਡਰਡ ਬੈਕ ਟੂ ਦ ਸਟੇਟ ਦ ਮਨੀ ਸ਼ੁਡ ਗੋ ਬੈਕ ਇਨਟੂ ਦ ਕੋਫਰਸ ਆਫ ਦ ਸਟੇਟ ਦ ਮਨੀ ਸ਼ੁਡ ਗੋ ਇਨਟੂ ਦ ਫੈਮਿਲੀਜ਼ ਆਫ ਦ ਅਨਇੰਪਲੋਇਡ ਐਂਡ ਦ ਪੋਰ ਐਕਸਪਲੋਇਟਿਡ ਵੀਕਰ ਸੈਕਸ਼ਨਸ ਦਲਿਤਸ ਉਹਨਾਂ ਦੇ ਘਰ ਵਾਸਤੇ ਸਰਕਾਰ ਦਾ ਪੈਸਾ ਬਣਿਆ ਬਾਦਲਾਂ ਤੇ ਕੈਪਟਨਾ ਬਾਦਲਾਂ ਤੇ ਕੈਪਟਨਾਂ ਤੇ ਪੌਂਟੀ ਚੜਿਆ ਤੇ ਦੀਪ ਮਲੋਤਰਾਂ ਦੇ ਵਾਸਤੇ ਇਹ ਨਹੀਂ ਬਣਿਆ ਅਸੀਂ ਐਜੂਕੇਸ਼ਨ ਹੈਲਥ케ਅਰ ਖਤਮ ਹੋ ਚੁੱਕੀ ਪੰਜਾਬ ਦੇ ਵਿੱਚ ਇਸ ਵਕਤ ਸਰਕਾਰੀ ਪ੍ਰਣਾਲੀ ਜਿਹੜੀ ਐਜੂਕੇਸ਼ਨ ਤੇ ਹੈਲਥ케ਅਰ ਦੀ ਖਤਮ ਹੋ ਚੁੱਕੀ ਆ ਉਸ ਨੂੰ ਤਾਂ ਬਜਟਰੀ ਅਲੋਕੇਸ਼ਨ ਕਰਕੇ ਵਧਾਵਾਂਗੇ ਤਕੜੇ ਹੋ ਕੇ ਉਸ ਨੂੰ ਮਜ਼ਬੂਤ ਕਰਾਂਗੇ ਕਿਉਂਕਿ ਬੱਚੇ ਪ੍ਰਾਈਵੇਟਸ ਨਹੀਂ ਪੜ ਸਕਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕੈਂਸਰ ਦਾ ਨਹੀਂ ਇਲਾਜ ਕਰਾ ਸਕਦੇ ਗਵਰਨਮੈਂਟ ਐਜੂਕੇਸ਼ਨ ਹੈਲਥ케ਅਰ ਹੈਸ ਟੂ ਬੀ ਬ੍ਰੌਟ ਸਟ੍ਰਿਕਟਲੀ ਅੰਡਰ ਦ ਡੋਮੇਨ ਆਫ ਦ ਗਵਰਨਮੈਂਟ ਇਹਦਾ ਫੇਰੀ ਫੇਰੀ 빅 ਇਨਕਰੀਸਡ ਬਜਟਰੀ ਅਲੋਕੇਸ਼ਨ ਇਥੇ ਇਸ ਵਕਤ এডੂਕੇਸ਼ਨ ਤੇ ਹੈਲਥ케어 ਵਾਸਤੇ 1.5% ਅਲੋਕੇਸ਼ਨ ਹੈ ਬਜਟ ਦੇ ਵਿੱਚ ਜੋ ਪੰਜਾਬ ਸਰਕਾਰ ਦਾ ਲਗਭਗ 1.5 ਲੱਖ ਕਰੋੜ ਦਾ ਬਜਟ ਉਹ ਚ ਪੈਸਾ ਹੀ ਨਹੀਂ ਰੱਖਦੇ ਕਿਸੇ ਵਾਸਤੇ ਕਿਉਂਕਿ ਚਾਹੁੰਦੇ ਹੀ ਨਹੀਂਗੇ ਇਹ ਚਾਹੁੰਦੇ ਕਿ ਪ੍ਰਾਈਵੇਟ ਸਕੂਲ ਫਲੀਸ ਕਰਨ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ 'ਚ ਗਰੀਬਾਂ ਦਾ ਸ਼ੋਸ਼ਣ ਹੋਵੇ ਇਹ ਸਾਰਾ ਕੁਝ ਔਰ ਪ੍ਰਾਈਵੇਟ ਹਸਪੀਟਲਸ ਤੇ ਪ੍ਰਾਈਵੇਟ এডੂਕੇਸ਼ਨ ਦੇ ਅਸੀਂ ਖਿਲਾਫ ਨਹੀਂਗੇ ਖਿਲਾਫ ਨਹੀਂਗੇ ਐਕਸਪਲੋਇਟੇਸ਼ਨ ਸ਼ੋਸ਼ਣ ਦੇ ਖਿਲਾਫ ਆ ਜਿਹਦਾ ਦਿਲ ਕਰਦਾ ਜਿੰਨੀ ਫੀਸ ਚਾਹੇ ਉਹ ਸਕੂਲ ਆ ਚਾਹੇ ਉਹ ਹਸਪਤਾਲ ਆ ਇਟ ਕੈਨ ਨਾਟ ਬੀ ਅਲਾਉਡ ਇਟ ਕੈਨ ਨਾਟ ਬੀ ਅਲਾਉਡ ਇਟ ਹਾਸ ਟੂ ਬੀ ਰੈਗੂਲੇਟਡ देयर ਹਾਸ ਟੂ ਬੀ ਅ ਵੈਰੀ ਸਟਰੋਂਗ ਰੈਗੂਲੇਟਰੀ ਬੋਰਡਰੀ ਸਿਟਿੰਗ ਚੰਡੀਗੜ੍ਹ ਐਂਡ ਡਿਸਟ੍ਰਿਕਟ ਲੈਵਲ ਕਿ ਮਾੜਾ ਜਿਹੀ ਸ਼ਿਕਾਇਤ ਆਈ ਕਿ ਕਿਸੇ ਨੇ ਸਟੈਂਟ ਪਾਉਣ ਦਾ ਜੇ ਅਗਰ ਫਿਕਸ ਕੀਤਾ 1 ਲੱਖ ਰੁਪਈਆ ਕਿਸੇ ਨੇ 1 ਲੱਖ 10 ਹਜ਼ਾਰ ਰੁਪਈਆ ਲਿਆ ਤੇ ਫੜ ਕੇ ਪਰਚਾ ਦਰਜ ਕਰਕੇ ਅੰਦਰ ਜਾਣਾ ਪਊਗਾ ਤੇ ਉਸ ਹਸਪਤਾਲ ਤੇ ਉਸ ਸਕੂਲ ਨੂੰ ਜਿਹੜੇ ਫਲੀਸ ਕਰਨਗੇ ਉਹਨਾਂ ਨੂੰ ਲੌਕਆਊਟ ਕੀਤਾ ਜਾਊਗਾ ਖਿਲਾਫ ਨਹੀਂਗੇ ਅਸੀਂ ਚਾਹ ਪਰ ਕੁਆਲਿਟੀ ਐਜੂਕੇਸ਼ਨ ਦਿਓ ਤੇ ਮੈਰੀ ਸਿਹਤ ਦੀਆਂ ਸੇਵਾਵਾਂ ਤੇ ਇਨਸ਼ੋਰੈਂਸ ਨੂੰ ਲਿਆ ਕੇ ਵਿੱਚ ਇਨਸ਼ੋਰੈਂਸ ਨੂੰ ਇਨਵੋਲ ਕਰਕੇ ਕਿਉਂਕਿ ਇਲਾਜ ਆਮ ਜਨਤਾ ਦੀ ਪਹੁੰਚ ਤੋਂ ਬਾਹਰ ਹੋ ਚੁੱਕਾ ਕੈਂਸਰ ਰੀਨਲ ਫੇਲਿਅਰ ਲਿਵਰ ਫੇਲਿਅਰ ਹਾਰਟ ਡਿਜ਼ੀਜ਼ਸ ਰੋਡ ਐਕਸੀਡੈਂਟਸ देयर इज नो ਸਕੋਪ ਕਿ ਜਿੱਥੇ ਗਰੀਬ ਆਦਮੀ ਜਾ ਕੇ ਆਪਣਾ ਕਿਸੇ ਵੀ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਕਰਾ ਸਕੇ ਕਿਉਂਕਿ ਸਰਕਾਰੀ ਵਿੱਚ ਤਾਂ ਕੁਝ ਹੈ ਹੀ ਨਹੀਂ ਗਾ ਜੀ ਜੁਲ੍ਹਾਬਾਦ ਜਿਹੜੇ ਸਾਡੇ ਗਰੀਬ ਤਬਕਾ ਜਿਨ੍ਹਾਂ ਦਾ ਨਾਮ ਲਿਆ ਮੈਂ ਬੀਕਾਸ ਸੈਕਸ਼ਨਸ ਬੈਕਵਰਡ ਕਲਾਸਸ ਡਲਿਤ ਇਹਨਾਂ ਦੀ ਇਹਨਾਂ ਦਾ ਛੋਟੀਆਂ-ਛੋਟੀਆਂ ਸਹੂਲਤਾਂ ਦੇ ਕੇ ਇਹਨਾਂ ਦਾ ਮਜ਼ਾਕ ਤੇ ਇਹਨਾਂ ਦਾ ਸ਼ੋਸ਼ਣ ਕੀਤਾ ਗਿਆ ਪਿਛਲੇ ਕੁਝ ਦਹਾਕਿਆਂ ਤੋਂ ਆਟਾ ਦਾਲ 250 ਰੁਪਏ ਪੈਨਸ਼ਨ ਫਿਰ 500 ਕੀਤੀ ਫਿਰ 750 ਕੀਤੀ ਕੀ ਇਹ ਕੀ ਇਹ ਇਸ ਦੇ ਨਾਲ ਕੋਈ ਆਪਣਾ ਪਰਿਵਾਰ ਬਾਇਜ਼ਤ ਰੋਟੀ ਖਾ ਸਕਦਾ ਵਾ ਮਤਲਬ ਹੀ ਕੋਈ ਨਹੀਂ ਗਾ ਇਹਨਾਂ ਦੇ ਅਸਲ ਅਧਿਕਾਰ ਕੀ ਨੇ ਇਹਨਾਂ ਨੂੰ ਆਟਾ ਦਾਲ ਤੇ ਲਾ ਕੇ ਛੋਟੀਆਂ-ਛੋਟੇ ਸ਼ੋਸ਼ਣ ਤੇ ਲਾ ਕੇ ਵੋਟ ਬੈਂਕ ਦੀ ਤਰ੍ਹਾਂ ਤੇ ਇਸਤੇਮਾਲ ਕੀਤਾ ਗਿਆ ਵਾ ਇਹਨਾਂ ਦੇ ਅਸਲ ਅਧਿਕਾਰ ਨੇ ਕੁਆਲਟੀ تعلیم এডਿਕੇਸ਼ਨ ਕੁਆਲਟੀ ਹੈਲਥ ਕੇਅਰ ਇਲਾਜ ਰੋਜ਼ਗਾਰ ਅਫੋਰਡੇਬਲ ਹਾਊਸਿੰਗ ਮਕਾਨ ਨਹੀਂ ਹੈ ਲੱਖਾਂ ਘਰਾਂ ਦੇ ਕੋਲ ਬੇ ਬੇਕਰੇ ਲੋਕ ਪੰਜਾਬ ਦੇ ਵਿੱਚ ਨੇ 70 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਉਹਨਾਂ ਵਾਸਤੇ ਆਜ਼ਾਦੀ ਕਾਦੀ ਹੋਈ ਇੱਕ ਇੱਕ ਮਰਲੇ ਵਿੱਚ ਤਿੰਨ ਤਿੰਨ ਚਾਰ ਚਾਰ ਪਰਿਵਾਰ ਗਰੀਬਾਂ ਦੇ ਦਲਤਾਂ ਦੇ ਖਾਸ ਤੌਰ ਤੇ ਤੜੇ ਹੋਏ ਨੇ ਰਹਿੰਦੇ ਨਹੀਂਗੇ ਤੜੇ ਹੋਏ ਨੇ ਉਹਨਾਂ ਨੂੰ ਕੱਢ ਕੇ ਉਹਨਾਂ ਨੂੰ ਕੱਢ ਕੇ ਜਿਨ੍ਹਾਂ ਨੇ ਗੈਰ ਕਾਨੂੰਨੀ ਕਬਜ਼ੇ ਕੀਤੇ ਪੰਜਾਬ ਦੇ ਵਿੱਚ ਅਫਸਰਾਂ ਨੇ ਤੇ ਸਿਆਸੀ ਲੋਕਾਂ ਨੇ ਪੰਚਾਇਤ ਦੀਆਂ ਜ਼ਮੀਨਾਂ ਤੇ ਸਾਰੀਆਂ ਛੜਾ ਕੇ ਉੱਥੇ ਗਰੀਬਾਂ ਦੇ ਵਾਸਤੇ ਨਵੇਂ ਘਰ ਬਣਾਏ ਜਾਣਗੇ ਔਰ ਇਹ ਮੈਂ ਮਜ਼ਾਕ ਇਹ ਕੋਈ ਲਾਈਟਲੀ ਨਹੀਂ ਕਹਿ ਰਿਹਾ ਵਰਲਡ ਬੈਂਕ ਨਬਾਡ ਸੌਫਟ ਲੋਨਸ ਇੰਦੇ ਨੇ ਦੇ ਦੇ 2-2 ਪਰਸੈਂਟ ਤੇ 50-50 ਸਾਲ ਲਈ ਕਰਜ਼ਾ ਚੁਕਾਇਆ ਜਾ ਸਕਦਾ ਸਟੇਟ ਗਵਰਨਮੈਂਟਾਂ ਚੁੱਕਦੀਆਂ ਨੇ ਜਿੱਥੇ ਬਾਦਲ ਸਾਹਿਬ ਨੂੰ ਮੈਮੋਰੀਅਲ ਬਣਾਉਣ ਵਿੱਚ ਪੈਸੇ ਲੱਭਦੇ ਨੇ ਜਿੱਥੇ ਉਹਨਾਂ ਨੂੰ ਕੋਈ ਹੋਰ ਜਿਹੜਾ ਜਿਹੜਾ ਪ੍ਰੋਡਕਟਿਵ ਨਹੀਂਗਾ ਜਿਹੜਾ ਜਿਸ ਕੰਮ ਦਾ ਕੋਈ ਫਾਇਦਾ ਨਹੀਂ ਹੋਣਾ ਉੱਥੇ ਵੱਡੀਆਂ-ਵੱਡੀਆਂ ਬੈਂਕਾਂ ਤੋਂ ਲੋਨ ਲੈ ਕੇ ਕਰਜ਼ਾ ਪੰਜਾਬ ਦੇ ਸਿਰ ਤੇ ਚਾੜ ਕੇ ਕਮਿਸ਼ਨ ਆਪ ਖਾ ਜਾਂਦੇ ਨੇ ਉਹ ਬੰਦ ਨਬਾਡ ਔਰ ਵਰਲਡ ਬੈਂਕ ਤੋਂ 50 ਸਾਲ ਦੇ ਪੈਸਾ ਲੈ ਕੇ ਇੱਕ ਆਦਮੀ ਦੀ ਇੱਕ ਜ਼ਿੰਦਗੀ ਦੀ ਕਿਸ਼ਤ 25 30 35 ਸਾਲ ਉਸ ਦੀ ਉਮਰ ਆ ਉਹਨੂੰ ਸੌਫਟ ਲੋਨ ਟੂ ਦ ਐਕਸਟੈਂਡ ਕੇ 500 ਰੁਪਿਆ ਦੇਖੋ ਫ੍ਰੀ ਨਹੀਂ ਹੋਣਾ ਚਾਹੀਦਾ ਸਭ ਕੁਝ 500 ਰੁਪਿਆ ਇੱਕ ਮਹੀਨੇ ਦਾ ਉਹਨੂੰ ਦੇਣਾ ਪਵੇ ਤੇ ਉਸ ਨੂੰ ਇੱਕ ਕਮਰੇ ਦਾ ਮਕਾਨ ਸੰਧੂ ਸਾਹਿਬ ਨੇ ਬਹੁਤ ਇੱਕ ਪੂਰੀ ਕਮਰ ਸੰਧੂ ਸਾਹਿਬ ਨੇ ਡਿਟੇਲਡ ਪ੍ਰੈਜੈਂਟੇਸ਼ਨ ਔਰ ਇੱਕ ਪੂਰੀ ਤਿਆਰ ਕੀਤੀ ਹੋਈ ਸਕੀਮ ਹੈ 500 ਰੁਪਿਆ ਉਹਨੂੰ ਮਹੀਨੇ ਦੀ ਕਿਸ਼ਤ ਹੋਵੇ 6000 ਰੁਪਿਆ ਸਾਲ ਦਾ ਉਹਦੇ ਵੱਲੋਂ ਜਾਵੇ ਪਰ ਉਹ ਮਕਾਨ ਦਾ ਮਾਲਕ ਹੋਵੇ ਇੱਕ ਘਰ ਦਾ ਹੋਵੇ ਦੋ ਕਮਰਿਆਂ ਦਾ ਹੋਵੇ ਉਹ ਮਕਾਨ ਦੇ ਮਾਲਕ ਇਹਨਾਂ ਲੋਕਾਂ ਨੂੰ ਬਣਾਵਾਂਗੇ ਸੋ ਇਸੇ ਤਰ੍ਹਾਂ ਹੀ ਵਪਾਰ ਦੀ ਗੱਲ ਕੀਤੀ ਆ ਹਿਲ ਸਟੇਟ ਦਾ ਮੈਂ ਜ਼ਿਕਰ ਕਰ ਚੁੱਕਾ ਕਿ ਸਾਡੇ ਦੇ ਨਾਲ ਵਿਤਕਰਾ ਹੋ ਰਿਹਾ ਵਾ ਸਾਰੀ ਇੰਡਸਟਰੀ ਸਾਡੀ ਜਿਹੜੀ ਇੱਧਰ ਉੱਧਰ ਚਲੀ ਗਈ ਆ ਔਰ ਬਾਰਡਰ ਸਾਡਾ ਜਿਹੜਾ ਪੁਰਾਣਾ সেন্ট্রਲ ਏਸ਼ੀਆ ਦਾ ਰੂਟ ਸੀਗਾ ਪਾਕਿਸਤਾਨ ਵਿੱਚ ਦੀ ਹੋ ਕੇ ਅਫਗਾਨਿਸਤਾਨ ਮੰਗੋਲੀਆ ਈਰਾਨ ਉਜ਼ਬੇਕਿਸਤਾਨ ਤੁਰਕਮੈਨਿਸਤਾਨ ਰਸ਼ੀਆ ਇਹ ਸਾਰਾ ਜਿਹੜਾ ਪੁਰਾਣਾ ਰੂਟ ਹੈ সেন্ট্রਲ ਏਸ਼ੀਆ ਦਾ ਇਹਨੂੰ ਖੁੱਲਣ ਵਾਸਤੇ ਪੂਰੇ ਚੂਚਾਂਗੇ ਪੂਰੀ ਕੋਸ਼ਿਸ਼ ਕਰਾਂਗੇ ਲੈਂਡ ਬੈਂਕਸ ਬਣਾਵਾਂਗੇ ਇੰਡਸਟਰੀ ਵਾਸਤੇ 5 ਰੁਪਏ ਕੈਪਟਨ ਸਾਹਿਬ ਨੇ ਕਹਿਤਾ ਦਿੱਤਾ 5 ਰੁਪਏ ਇੰਡਸਟਰੀ ਨੂੰ ਨਹੀਂ ਮਿਲੀ ਬਿਜਲੀ ਸਿਰਫ ਚੰਦ ਸੈਂਕੜੇ ਕਾਰਪੋਰੇਟ ਘਰਾਣੇ ਜਿਹੜੇ ਸੈਂਕੜੇ ਸੈਂਕੜੇ ਕਰੋੜਾਂ ਦੇ ਮਾਲਕ ਨੇ ਉਹਨਾਂ ਨੂੰ 5 ਰੁਪਏ ਫਲੈਟ ਰੇਟ ਬਿਜਲੀ ਮਿਲੀ ਆ ਲੇਕਿਨ ਜਿਹੜੀ ਸਮਾਲ ਤੇ ਮੀਡੀਅਮ ਸਕੇਲ ਲੁਧਿਆਣੇ ਦੀ ਇੰਡਸਟਰੀ ਨੇ ਮੈਨੂੰ ਦੱਸਿਆ ਕਿ 30000 ਦੇ ਕਰੀਬ ਸਾਡੇ ਯੂਨਿਟ ਨੇ ਸਾਨੂੰ 11-12 ਰੁਪਏ ਯੂਨਿਟ ਬਿਜਲੀ ਅੱਜ ਵੀ ਪੈ ਰਹੀ ਆ ਔਰ ਮੈਂ ਕਹਿਣਾ ਚਾਹੁੰਦਾ ਵਾਂ ਕਿ ਕੱਲੀ ਇੰਡਸਟਰੀ ਨੂੰ ਨਹੀਂ ਪੰਜਾਬ ਦੀ ਬਿਜਲੀ 9 ਰੁਪਏ 10 ਰੁਪਏ ਘਰੇਲੂ ਕਿਉਂ ਆ ਚੰਡੀਗੜ੍ਹ ਵਿੱਚ ਦੇਖ ਲਓ ਪੰਚਕੁਲੇ ਵਿੱਚ ਦੇਖ ਲਓ ਸਾਡੀ ਪੂਰ ਜ਼ੋਰ ਕੋਸ਼ਿਸ਼ ਹੋਵੇਗੀ ਕਿ ਜਿਹੜੇ ਇਹਨਾਂ ਨੇ ਐਗਰੀਮੈਂਟ ਕੀਤੇ ਨੇ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਪ੍ਰਾਈਵੇਟ ਕੰਪਨੀਆਂ ਜਿਹੜੇ ਰਾਜਪੁਰੇ ਤੇ ਉਹ ਜਿਹੜਾ ਪਰੇ ਤਲਵੰਡੀ ਸਾਬੋ ਦਾ ਪਾਵਰ ਪਲਾਂਟ ਆ ਇਹਨਾਂ ਦੇ ਪਾਵਰ ਪਰਚੇਸ ਐਗਰੀਮੈਂਟਸ ਰਿਵਿਊ ਹੋਣਗੇ ਕਿਹਾ ਕਾਂਗਰਸ ਨੇ ਵੀ ਸਿਕਾ ਆਪਰ ਕੀਤੇ ਨਹੀਂ ਕਿਉਂਕਿ ਕਮਿਸ਼ਨ ਲੈ ਲਿਆ ਉਹਨਾਂ ਵਿੱਚੋਂ ਇਹ ਰਿਵਿਊ ਹੋਣਗੇ ਤੇ ਪੰਜਾਬ ਦੀ ਇੰਡਸਟਰੀ ਤੇ ਕਰਾਂ ਦੇ ਕੰਜ਼ਿਊਮਰਸ ਨੂੰ ਫਲੈਟ 5 ਰੁਪਏ ਪਰ ਯੂਨਟ ਬਿਜਲੀ ਅਸੀਂ ਪ੍ਰੋਮਿਸ ਕਰਦੇ ਹਾਂ ਔਰ ਦੇਵਾਂਗੇ ਉਹਨਾਂ ਨੂੰ ਤੇ ਜਹ ਦੇਣਾ ਕੋਲ ਪੈਸਾ ਖੋਲਿਆ ਵਾਪਸ ਜਿਹੜੇ ਇਹਨਾਂ ਨੇ ਇੰਨੇ ਮਹਿੰਗੇ ਮਹਿੰਗੇ ਪਾਵਰ ਪਰਚੇਸ ਐਗਰੀਮੈਂਟਸ ਕੀਤੇ ਨੇ employees employees and pensioners employees and pensioners ਨੂੰ ਅਸੀਂ ਜੋ ਉਹਨਾਂ ਦੀ ਡੀਏ ਦੀ ਕਿਸ਼ਤਾਂ ਮੇਰੇ ਖਿਆਲ ਸਿਕਸਥ ਪੇ ਕਮਿਸ਼ਨ ਹਾਸ ਨਾਟ ਬੀਨ ਇੰਪਲੀਮੈਂਟਡ ਬਾਈ ਦ ਪੰਜਾਬ ਗਵਰਨਮੈਂਟ ਔਰ ਉਹਨਾਂ ਦੀਆਂ ਪੰਜ ਕਿਸ਼ਤਾਂ ਸ਼ਰਤ ਡੀਐਨਐਸ ਅਲਾਉਂਸ ਦੀਆਂ ਉਹ ਅਸੀਂ ਉਹਨਾਂ ਨੂੰ ਪ੍ਰੋਮਿਸ ਕਰਦੇ ਹਾਂ ਔਰ ਨਾਲ ਇੱਥੇ ਇਹ ਵੀ ਕਹਿੰਨੇ ਆ ਤੇ ਐਮਐਲਏ ਦੀਆਂ ਤਨਖਾਹਾਂ ਉਨੀ ਦੇ ਤਾਈਂ ਨਹੀਂ ਵਧਣੀਆਂ ਚਾਹੀਦੀਆਂ ਜਦੋਂ ਤੱਕ ਸਾਰੇ EMPLOYEES ਤੇ пенશનਰਜ਼ ਨੂੰ ਉਹਨਾਂ ਦਾ ਬਕਾਇਆ ਪੂਰਾ ਨਹੀਂ ਮਿਲ ਜਾਂਦਾ ਨੰਬਰ 1 ਨੰਬਰ 2 ਨੰਬਰ 2 ਨੰਬਰ 2 ਇੱਕ ਇੱਕ ਬੰਦਾ ਆਪਣੀ 40 ਸਾਲ ਦੀ ਜ਼ਿੰਦਗੀ ਲਾਉਂਦਾ ਸਰਕਾਰ ਦੀ ਨੌਕਰੀ ਤੇ ਟੀਚਰ ਡਾਕਟਰ ਇੰਜੀਨੀਅਰ ਉਹਨੂੰ ਪੈਨਸ਼ਨ ਮਿਲਦੀ 50000 ਰੁਪਇਆ ਇੱਕ ਬੰਦਾ ਬਾਦਲ ਸਾਹਿਬ ਵਰਗਾ ਨਾਲੇ ਲੁੱਟਦੇ ਨੇ ਸਟੇਟ ਨੂੰ ਤੇ ਨਾਲੇ ਐਮਐਲਏ ਬਣਦੇ ਨੇ ਦੁਬਾਰਾ ਦੁਬਾਰਾ ਇਲੈਕਟੋਰਲ ਪ੍ਰੋਸੈਸ ਨੂੰ ਪੋਲਿਊਟ ਕਰਕੇ ਤੁਹਾਨੂੰ ਪਤਾ ਵਾ ਕਿ ਉਹਨਾਂ ਦੀ ਪੈਨਸ਼ਨ ਕਿੰਨੀ ਹੋਣੀ ਜਿਸ ਦਿਨ ਬਾਦਲ ਸਾਹਿਬ ਨੇ ਮੈਂਬਰੀ ਛੱਡਣੀ ਆ 5 ਲੱਖ 40 ਹਜ਼ਾਰ ਰੁਪਈਆ ਮਹੀਨਾ ਭਰੋ ਇਹ ਹਰ ਕਿਸ ਨੇ ਦਿੱਤੀ ਜਾਵੇਗੀ ਇਸ ਨੂੰ ਬੰਦ ਕੀਤਾ ਜਾਵੇਗਾ ਐਮਐਲਏਸ ਪੈਨਸ਼ਨ ਦੇ ਅਧਿਕਾਰ ਉਦੋਂ ਤੱਕ ਨੇ ਜਦੋਂ ਪਹਿਲਾਂ ਤੁਸੀਂ EMPLOYEES ਦਾ ਧਿਆਨ ਰੱਖੋ ਉਹਨਾਂ ਦੀ ਰੈਗੂਲਰ ਪੈਨਸ਼ਨ ਬੰਦ ਕੀਤੀ ਹੋਈ 2004 ਦੀ ਇਟ ਹੈਜ਼ ਟੂ ਬੀ ਰੀਇਨਸਟੇਟਿਡ ਬਿਕਾਜ਼ ਥੈਟ ਇਜ਼ ਦੀ ਸੋਸ਼ਲ ਸਿਕਿਉਰਿਟੀ ਆਫ देयर ਲਾਈਫ ਇਟ ਇਜ਼ देयर ਸਿਕਿਉਰਿਟੀ ਉਹਨਾਂ ਨੂੰ ਪਤਾ ਕਿ ਸਾਡੇ ਬੱਚੇ ਨਹੀਂਗੇ ਤੇ ਘਟੋ ਘਟ ਸਾਡੀ ਪੈਨਸ਼ਨ ਜਿਹੜੀ ਆ ਉਹ ਸਾਡੇ ਕੋਲ ਆ ਸਟੇਸ਼ਨ ਆਫ ਪਾਵਰਸ ਪ੍ਰੈਸ ਵਾਲੇ ਥੋੜੇ ਉਤਾਵਲੇ ਹੋ ਰਹੇ ਨੇ ਮੇਰੀ ਉਹਨੂੰ ਹੱਥ ਜੋੜ ਕੇ ਬੇਨਤੀ ਹੈ ਜਸਟ 3 4 5 ਮਿੰਟਸ ਮੋਰ 5 ਮਿੰਟਸ ਮੋਰ ਪੰਚਾਇਤੀ ਰਾਜ ਆ ਜੀ elections ਹੋਈਆਂ ਜੀ ਸ਼ਰਾਬਾਂ ਚੱਲੀਆਂ ਜੀ ਪਰਚੇ ਦਰਜ ਹੋਏ ਜੀ ਕਤਲ ਹੋਇਆ ਜੀ ਤੇ ਸਰਪੰਚ ਤੇ ਬਲਾਕ ਸਮਤੀ ਤੇ ਜ਼ਿਲ੍ਹਾ ਪਰਿਸ਼ਦ ਤੇ ਕਾਉਂਸਲ ਦੇ ਪੱਲੇ ਕੀ ਆ ਜ਼ੀਰੋ ਪਾਵਰਸ ਔਰ ਪਾਵਰ ਜ ਅਵੇਲੇਬਲ ਨਹੀਂ 73rd 74th panchayati raj amendment of the constitution in 1992 empowers all the local bodies councillors panchayat block samiti zila parishad ke jo bhi government machinery ona de area de vich aa o di sarkar oho honge main sarpanchana nu yakeen douna chahuna ke 13000 tu si tu kuch nahi kar sakde grant bani banai utto aundi aa launde asar ne te inquiry todi hundi aa ਇਸ ਸਿਸਟਮ ਸਕ੍ਰੈਬ ਕੀਤਾ ਜਾਊਗਾ ਡਵੈਲਪਮੈਂਟ ਮਾਡਲ ਸਕ੍ਰੈਬ ਕੀਤਾ ਜਾਊਗਾ ਪਹਿਲਾ ਸਰਪੰਚਾਂ ਤੇ ਬਲਾਕ ਸੰਮਤੀਆਂ ਮੈਂਬਰਾਂ ਨੂੰ ਉਹਨਾਂ ਦੇ ਪਿੰਡਾਂ ਦੀ ਅਗਰ ਸਰਪੰਚਾ ਇੱਕ ਪਿੰਡ ਵਿੱਚ ਸਕੂਲ ਆ ਡਿਸਪੈਂਸਰੀ ਆ ਡੰਗਰਾਂ ਦਾ ਹਸਪਤਾਲ ਆ ਸਰਪੰਚ ਉਸ ਪਿੰਡ ਦਾ ਮਨਿਸਟਰ ਹੋਵੇਗਾ ਉਸ ਪਿੰਡ ਦਾ ਐਮਐਲਏ ਹੋਵੇਗਾ ਐਮਐਲਏ ਨਹੀਂ ਦੇਣਾ ਚਾਹੁੰਦੇ ਓ ਨਹੀਂ ਦੇਰੇ ਕੈਪਟਨ ਸਾਹਿਬ ਕਿਉਂਕਿ ਆਪਣੇ ਐਮਐਲਏ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਐਮਐਲਏ ਨਹੀਂ ਚਾਹੁੰਦੇ ਕਿ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਬਲਾਕ ਸੰਮਤੀ ਦਾ ਮੈਂਬਰ ਸਰਪੰਚ ਉਹਦੇ ਕੋਲ ਕੋਈ ਅਧਿਕਾਰ ਹੋਣ ਉਹ ਡਿਵੈਲਪਮੈਂਟ ਦਾ ਮਾਡਲ ਜਿਹਦੇ ਕਰਕੇ ਭ੍ਰਿਸ਼ਟਾਚਾਰ ਫੜਿਆ ਪੰਜਾਬ ਦੇ ਵਿੱਚ ਇਹ ਸਾਰੀ ਡਿਵੈਲਪਮੈਂਟ ਦੇ ਮਾਡਲ ਨੂੰ ਸਕ੍ਰੈਪ ਕਰਕੇ ਰਾਜ ਜਿਹੜਾ ਪੰਚਾਇਤੀ ਰਾਜ ਵਾਲੇ ਲੁੱਟਦੇ ਨੇ ਮੰਡੀ ਬੋਰਡ ਦੇ ਲੁੱਟਦੇ ਨੇ ਪਿੰਡਾਂ ਦੇ ਵਿਕਾਸ ਤੇ ਸ਼ਹਿਰੀ ਵਿਕਾਸ ਵਿੱਚੋਂ ਪੀ ਡਬਲਯੂ ਡੀ ਵਾਲੇ ਤੇ ਲੋਕਲ ਬਾਡੀਜ਼ ਵਾਲੇ ਇਟ ਹੈਸ ਟੂ ਬੀ ਰੀਵਰਕਡ ਇਟ ਹੈਸ ਟੂ ਬੀ ਰੀਵਰਕਡ ਜੇ ਬੰਦਾ ਆਪਣੇ ਘਰ ਨੂੰ ਅੱਛਾ ਬਣਾ ਸਕਦਾ 25 ਲੱਖ ਰੁਪਏ ਵਿੱਚ ਤੇ ਉਹਦੇ ਵਿੱਚ ਕੋਈ ਪੈਸਾ ਖੁਰਦ-ਬੁਰਦ ਨਹੀਂ ਹੋਣ ਦਿੰਦਾ ਇਟ ਇਜ਼ ਪ੍ਰੇਟਡ ਟੂ ਇੰਗੇਜ ਅ ਪ੍ਰਾਈਵੇਟ ਏਜੰਸੀ ਟੂ ਐਗਜ਼ੀਕਿਊਟ ਦੀ ਡਿ ਰੂਰਲ ਐਂਡ ਅਰਬਨ ਪੰਜਾਬ देन टू लेट ਇਟ ਗੋ ਟੂ ਕਰਪਟ ਅਫੀਸ਼ੀਅਲਸ ਆਫ ਥੀਸ ਡਿਪਾਰਟਮੈਂਟਸ ਜਿਹੜੇ ਕਿ ਇਸ ਵਕਤ ਡਿਵੈਲਪਮੈਂਟ ਦੇ ਨਾਲ ਕਨੈਕਟਡ ਨੇ ਇਹ ਇੱਕ ਬਹੁਤ ਵੱਡਾ ਔਰ ਇਹਦੇ ਵਿੱਚ ਅਸੀਂ ਐਨ ਆਰ ਆਈਸ ਨੂੰ ਇਨਕਲੂਸਿਵ ਡਿਵੈਲਪਮੈਂਟ ਵਿੱਚ ਭਾਈਵਾਲ ਬਣਾਵਾਂਗੇ ਐਨ ਆਰ ਆਈਸ ਜਿਹੜੇ ਨੇ ਉਹਨਾਂ ਦੇ ਚਲੋ ਜਿਹੜੇ ਉਹਨਾਂ ਦੀਆਂ ਪ੍ਰਾਪਰਟੀਆਂ ਮਹਿਫੂਜ਼ ਕਰਨਾ ਉਹ ਤਾਂ ਸਾਡੀ ਨੈਤਿਕ ਜ਼ਿੰਮੇਵਾਰੀ ਆ ਸਾਡਾ ਧਾਰਮਿਕ ਫਰਜ਼ ਆ ਕਿਉਂਕਿ ਐਨ ਆਰ ਆਈਸ ਨੇ ਪੰਜਾਬ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਮੇਰੇ ਇਲਾਕੇ ਦਾ ਇੱਕ ਪਿੰਡ ਆ ਧਾਲੀਵਾਲ ਬੇਟ ਹੁਣੇ ਪਿਛਲੇ ਸਰਕਾਰ ਸੀਵਰੇਜ ਨਹੀਂ ਸੀ ਪਾ ਸਕਦੀ ਗਲੀਆਂ ਨਾਲੀਆਂ ਨਹੀਂ ਸੀ ਬਣਾ ਸਕਦੀ ਫੇਲ ਹੋ ਗਈ ਸੀਗੀ 3 ਕਰੋੜ ਰੁਪਇਆ ਐਨਆਰਆਈਸ ਨੇ ਬਣਾ ਕੇ ਉਹਨਾਂ ਨੇ ਐਨਆਰਆਈਸ ਨੂੰ ਨਾਲ ਇਨਵੋਲਵ ਕੀਤਾ ਉਹਨਾਂ ਨੂੰ ਅਧਿਕਾਰ ਦਿੱਤੇ ਸੁਪਰਵੀਜ਼ਨ ਦਿੱਤੀ ਭਾਈਵਾਲ ਬਣਾਇਆ ਅੱਜ ਜਾ ਕੇ ਧਾਲੀਵਾਲ ਵੇਚ ਬਲੌਕ ਢਿਲਵਾ ਦਾ ਹਲਕੇ ਪਲਾਟੇ ਦਾ ਪਿੰਡ ਜਾ ਕੇ ਦੇਖ ਸਕਦੇ ਹੋ ਖੂਬਸੂਰਤ ਹੋ ਗਿਆ ਵਾ ਸਾਫ ਕੋਈ ਓਪਨ ਡਰੇਨ ਨਹੀਂ ਗਈ ਪਾਣੀ ਤਿੰਨ ਫੇਜ਼ਾ ਟਰੀਟ ਗੰਦਾ ਪਾਣੀ ਪਿੰਡ ਦਾ ਟਰੀਟ ਕਰਕੇ 1 2 3 ਤੇ ਖੇਤੀ ਦੇ ਯੋਗ ਬਣਾ ਦਿੱਤਾ ਭਰਾਓ ਅਸੀਂ ਐਨਆਰਆਈਸ ਨੂੰ ਕਹਿਣਾ ਚਾਹੁੰਦੇ ਹਾਂ ਔਰ ਮੈਂ ਕਹਿੰਦਾ ਮੇਰਾ ਦਾਵਾ ਹੈ ਕਿ 13000 ਪਿੰਡ ਆ ਪ੍ਰੋਕਸੀਮੇਟਲੀ 12500 6000 ਪਿੰਡ ਤਾਂ ਐਨ ਆਰ ਆਈਸ ਦੀ ਮੋਟੀਵੇਸ਼ਨ ਦੇ ਨਾਲ ਠੀਕ ਕੀਤਾ ਜਾ ਸਕਦਾ ਜੇ ਆਪਾਂ ਉਹਨੂੰ ਲੁੱਟਿਏ ਨਾ ਜੇ ਉਹਨਾਂ ਨੂੰ ਕੁੱਟਿਏ ਨਾ ਜੇ ਉਹਨਾਂ ਦੇ ਪਰਚੇ ਦਰਜ ਨਾ ਕਰਾਈਏ ਜੇ ਉਹਨਾਂ ਦੀ ਪ੍ਰਾਪਰਟੀਆਂ ਤੇ ਪਲੋਟਾਂ ਤੇ ਘਰਾਂ ਤੇ ਕਬਜ਼ਾ ਨਾ ਕਰੀਏ ਉਹਨਾਂ ਨੂੰ ਭਾਈਵਾਲ ਬਣਾਈਏ ਆਪਣੇ ਇਸ ਪ੍ਰੋਸੈਸ ਵਿੱਚ ਉਹਨਾਂ ਨੂੰ ਮਾਨ ਦੇਈਏ ਉਹਨਾਂ ਨੂੰ ਅਧਿਕਾਰ ਦੇਈਏ ਐਨ ਆਰ ਆਈਸ ਨੂੰ ਅਸੀਂ ਇਸ ਆਪਣੇ ਸਾਰੇ ਡਿਵੈਲਪਮੈਂਟ ਪ੍ਰੋਸੈਸ ਦੇ ਵਿੱਚ ਇਨਕਲੂਸਿਵ ਭਾਈਵਾਲ ਬਣਾਉਣ ਦਾ ਵਾਅਦਾ ਕਰਦੇ ਹਾਂ ਜਿਹੜੀਆਂ ਵੱਡੀਆਂ ਮੰਗਾਂ ਨੇ ਡਾਕਟਰ ਗਾਂਧੀ ਨੇ ਰੱਖਿਆ ਜਿਹੜਾ ਪੰਜਾਬ ਐਲਾਨਨਾਮ ਅਸੀਂ ਪਹਿਲਾਂ ਹੀ ਉਹਦੇ ਮੁੱਦੇ ਹੀ ਆ ਮੈਂ ਬਾਇ ਥੌਟਸ ਬਾਇ ਕਨਵਿਕਸ਼ਨ ਆਈ ਸਟੈਂਡ ਫਾਰ ਅ ਫੈਡਰਲ ਟ੍ਰੂਲੀ ਫੈਡਰਲ ਇੰਡੀਆ ਟ੍ਰੂਲੀ ਫੈਡਰਲ ਇੰਡੀਆ ਮੋਰ ਪਾਵਰਸ ਟੂ ਸਟੇਟਸ ਸਟੇਟਾਂ ਦੇ ਕੋਲ ਅਧਿਕਾਰ ਹੋਣਾ ਚਾਹੀਦਾ ਤੁਹਾਨੂੰ ਪਤਾ ਵਾ ਕਿ ਜੀਐਸਟੀ ਲੱਗਣ ਤੋਂ ਬਾਅਦ ਸਟੇਟਾਂ ਮਿਨਿਸਪੈਲਟੀਆਂ ਨੇ ਜੀਐਸਟੀ ਲੱਗਣ ਤੋਂ ਬਾਅਦ ਸਟੇਟਾਂ ਦੇ ਕੋਲ ਕੋਈ ਆਰਥਿਕ ਅਧਿਕਾਰ ਵੀ ਨਹੀਂ ਬਚਿਆ ਸਾਰਾ ਕੇਂਦਰ ਖੋ ਕੇ ਲੈ ਗਈ ਆ ਸਾਰਾ ਟੈਕਸ ਪਹਿਲਾਂ ਦਿੱਲੀ ਲੈ ਜਾਂਦੇ ਨੇ ਤੇ ਦਿੱਲੀ ਤੋਂ ਫੋੜ ਕੇ ਕਹਿੰਦੇ ਤੈਨੂੰ ਅਸੀਂ ਇੰਨਾ ਕੁ ਟੁਕੜਾ ਤੈਨੂੰ ਦੇ ਦਿੰਨੇ ਆ ਇੰਨਾ ਕੁ ਟੁਕੜਾ ਤੈਨੂੰ ਦੇ ਦਿੰਨੇ ਆ ਇੰਨਾ ਕੁ ਟੁਕੜਾ ਤੈਨੂੰ ਦੇ ਦਿੰਦੇ ਕਿਉਂ ਜਦ ਸਭ ਕੁਝ ਅਸੀਂ ਦੇਨੇ ਆ ਟੈਕਸ ਦਾ ਸਾਰਾ ਸਿਸਟਮ ਤੁਸੀਂ ਭਰਦੇ ਹੋ ਸਵੇਰ ਦੀ ਚਾਹ ਤੋਂ ਲੈ ਕੇ ਰਾਤ ਦੇ ਖਾਣੇ ਤੱਕ ਪੈਟਰੋਲ ਡੀਜ਼ਲ ਤੱਕ ਟਰੈਕਟਰਾਂ ਦੀ ਖਰੀਦੋਂ ਫਰੋਕਤਕਾਰਾਂ ਲੈਣੇ ਆ ਰੋਡ ਟੈਕਸ ਦੇਣਾ ਸਾਰਾ ਤੁਸੀਂ ਭਰਦੇ ਹੋ ਤੇ ਲੈ ਉਹ ਜਾਂਦੇ ਨੇ ਸੋ ਵੀ ਸਟੈਂਡ ਫॉर ਅ ਟ੍ਰੂਲੀ ਫੈਡਰਲ ਇੰਡੀਆ विद मोर पावर्स टू स्टेट्स ऑटोनामी टू द स्टेट्स ऑटोनामी डाउन टू द विलेज लेवल और मेनू दुखना कहना पेंदा के दिल्ली स्कीमा क्यों बन रही है रमसा एसएसए प्रधानमंत्री ग्राम सड़क योजना क्यों स्कीम तब ठल्लेओ पिंड चो ब्लॉक स ब्लॉक लेवल तो असेंबली हलके जो चलनी चाहिए दी है पलहथ दी डेवलपमेंट कमेटी एक असेंबली डेवलपमेंट कमेटी दा चेयरमैन ओथों दा इलेक्टेड रिप्रेजेंटेटिव ओथों दा चुना होए नुमांदा चाहिदा ओथों दे ब्लॉक समिति मेंबर जिला परिषद बैठ के फैसला करें ਕਿ ਸਾਡੇ 120 ਪਿੰਡ ਨੇ ਇੱਕ ਹਲਕੇ ਦੇ ਵਿੱਚ ਕਿਹਨਾ ਕਿਹਨਾ ਵਿੱਚ ਛਪੜਾਂ ਦੀ ਸਫਾਈ ਕਿਹਨਾ ਸੜਕਾਂ ਕਿਹਨਾ ਸਕੂਲ ਕਿਹਨਾ ਡਿਸਪੈਂਸਰੀਆਂ ਤੇ ਕੇਂਦਰ ਉਲਟਾ ਸਿਸਟਮ ਹੈ ਡਵੈਲਪਮੈਂਟ ਦਾ ਮਾਡਲ ਥੱਲਿਓਂ ਉੱਪਰ ਚੰਡੀਗੜ੍ਹ ਤੇ ਦਿੱਲੀ ਚੋਂ ਅਪਰੂਵਲ ਹੋਣੀ ਚਾਹੀਦੀ ਹੈ ਲੇਕਿਨ ਉਹ ਦਿੱਲੀੋਂ ਤੇ ਚੰਡੀਗੜ੍ਹੋਂ ਬਣਾ ਕੇ ਸਾਡੇ ਤੇ ਯੂਨੀਫਾਰਮ ਮਾਡਲ ਥੋਪ ਰਹੇ ਨੇ which is totally unacceptable and absolutely impractical ਜਿਹਦੇ ਕਰਕੇ ਪੰਜਾਬ ਤੇ ਦੇਸ਼ ਦੇ ਸਾਰੇ ਸੂਬਿਆਂ ਦੇ ਉੱਤੇ ਬਹੁਤ ਭਾਰੀ ਕਰਜ਼ਾ ਚੜਿਆ ਹੈ ਜੋ ਪੰਜਾਬ ਦੇ ਨਾਲ ਮੈਂ ਵਿਤਕਰੇ ਦੀ ਦਾਸਤਾਨ ਗਣਾਈ ਪੰਜਾਬ ਦੇ ਪਾਣੀਆਂ ਤੇ ਪ੍ਰੌ ਸੁਣ ਲੋ ਅੱਛੀ ਤਰ੍ਹਾਂ ਨਾਲ ਕਿਸੇ ਨੇ ਪੈਰਾਂ ਨਹੀਂ ਦੇਣਾ ਸੁਖਬੀਰ ਵੀ ਲੜਿਆ ਹੋਇਆ ਕਾਂਗਰਸ ਤੇ ਭਾਜਪਾ ਦੇ ਨਾਲ ਅਮਰਿੰਦਰ ਵੀ ਲੜਿਆ ਹੋਇਆ ਕਾਂਗਰਸ ਤੇ ਭਾਜਪਾ ਦੇ ਨਾਲ ਡਰਦੇ ਨੇ ਕੇਂਦਰ ਦੀਆਂ ਸਰਕਾਰਾਂ ਤੋਂ ਆਪਣਾ ਅਧਿਕਾਰ ਮੰਗਣ ਤੋਂ ਡਰਦੇ ਨੇ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਅਸੀਂ ਜਿਹੜੇ ਪੰਜਾਬ ਦੇ ਪੱਖ ਦੇ ਮਸਲੇ ਨੇ ਪੰਜਾਬ ਦੇ ਪਾਣੀਆਂ ਦੀ ਗੱਲ ਚੰਡੀਗੜ੍ਹ ਪੰਜਾਬ ਦਾ ਪੰਜਾਬੀ ਬੋਲਦੇ ਇਲਾਕੇ ਪੰਜਾਬੀ ਭਾਸ਼ਾ ਜਿਹੜੀਆਂ ਮੁੱਦਿਆਂ ਨੂੰ ਅਕਾਲੀ ਤਲੰਜਲੀ ਦੇ ਚੁੱਕੇ ਨੇ ਜਿਹਦੇ ਕਰਕੇ ਸਾਨੂੰ ਇਹ ਪਾਰਟੀ ਬਣਾਉਣੀ ਪੈ ਰਹੀ ਆ ਅਸੀਂ ਇਹਨਾਂ ਮੁੱਦਿਆਂ ਤੇ ਡਟ ਕੇ ਪੈਰਾ ਦੇਾਂਗੇ